ਹੋਏਗਾ ਜੀ ਜੀ ਜ਼ੀਨਾ ਰੈੱਡ ਆ ਚੈੱਕ ਕਰੋ ਆਲੂ ਬੜਾ ਆਲੂ ਨਿਕਲਿਆ ਪਿਆ ਜੀ ਵੇਖੋ ਚੈੱਕ ਕਰੋ ਇੱਥੇ ਅੱਧਾ ਅੱਧਾ ਕਿਲੋ ਦਾ ਵੀ ਆਲੂ ਹੈਗਾ ਜੀ ਚੈੱਕ ਕਰੋ ਆਉਜ਼ ਬਿੱਲ੍ਲਾਹ ਮਿਨੈ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ ਸਾਰੇ ਮੇਰੇ ਭਾਈਆਂ ਨੂੰ ਮੇਰਾ YouTube ਚੈਨਲ ਤੇ Facebook ਪੇਜ ਅਨਸਰ ਖਾਨ ਬਲੋਚ ਦੀ ਤਰਫੋਂ ਇੱਕ ਵਾਰੀ ਫੇਰ ਖੁਸ਼ਮਦੀਦ ਹੈ ਅੱਜ ਤਰੀਕ ਹੈਗੀ ਹੈ ਜੀ ਜੀ 18 1 2024 ਤੇ ਇਲਾਕਾ ਰਾਜੋਵਾਲ ਤਹਿਸੀਲ ਦੀਪਾਲਪੁਰ ਜ਼ਿਲ੍ਹਾ 우ਕਾੜਾ ਆਲੂ ਹੈਗਾ ਜੀ ਜੀ ਜ਼ੀਨਾ ਰੈੱਡ ਐ ਚੈੱਕ ਕਰੋ ਆਲੂ ਬੜਾ ਆਲੂ ਨਿਕਲਿਆ ਪਿਆ ਜੀ ਵੇਖੋ ਚੈੱਕ ਕਰੋ ਇੱਥੇ ਅੱਧਾ ਅੱਧਾ ਕਿਲੋ ਦਾ ਵੀ ਆਲੂ ਹੈਗਾ ਜੀ ਚੈੱਕ ਕਰੋ ਠੀਕ ਹੈ ਅੱਜ ਚੈੱਕ ਕਰੋ ਮਾਸ਼ਾਅੱਲਾ ਇਹ ਭਾਈ ਯਾਰਾਂ ਲਿਆ ਤੇ ਤੁਹਾਨੂੰ ਉਹਨੇ ਵਿਖਾਣੇ ਆ ਮੈਂ ਤੁਹਾਨੂੰ ਪਹਿਲੇ ਟਰਾਫਰਾ ਲਾਵਾਂ ਆਲਵਾ ਦੇ ਵਿੱਚ ਫਿਰ ਇਹ ਆਪਾਂ ਨੂੰ ਸਾਰਾ ਦੱਸਣਗੇ ਵੀ ਇਹ ਕਿੰਨੇ ਕਿਲੇ ਆਲੂ ਨੇ ਤੇ ਕਿਵੇਂ ਅਸੀਂ ਲੈ ਆਏ ਨੇ ਠੀਕ ਹੈ ਸਾਰੀ ਡਿਟੇਲ ਤੁਹਾਨੂੰ ਦਿਆਂਗੇ ਤੇ ਵੀਡੀਓ ਦੇ ਵਿੱਚ ਤੁਸੀਂ ਐਂਡ ਤੱਕ ਸਾਡੇ ਨਾਲ ਜੁੜੇ ਰਹਿਅ ਜੀ ਜ਼ੀਨਾ ਰੈੱਡ ਆਲੂ ਜੇ ਤੇ 80 ਦਿਨਾਂ ਦੇ ਉੱਤੇ ਹੁਣ ਪੱਕਾ ਤਾਂ ਸਾਨੂੰ ਨਹੀਂ ਪਤਾ 80 ਦਿਨਾਂ ਦੇ ਉੱਤੇ ਆਲੂ ਹੋ ਗਿਆ ਜੀ ਤੇ ਜ਼ਿਆਦਾ ਰਾਸ਼ਨ ਨਿਕਲਿਆ ਪਿਆ ਆ ਚੈੱਕ ਕਰੋ ਇਹ ਦੇਖੋ ਆਲੂ ਜ਼ਿਆਦਾ ਆਲੂ ਜਿਹੜਾ ਨਾ 1/2 ਕਿਲੋ ਦੇ ਉੱਤੇ ਪਾਈਆ 1.5 1/2 ਕਿਲੋ ਪੌਣਾ ਕਿਲੋ ਇੱਥੇ ਆਲੂ ਜੇ ਇਹ ਥੋੜੇ ਫਰੀਜੇ ਪੈਣੇ ਹਾਂ ਉਹਨੇ ਭرائی ਲੱਗ ਜਾਈ ਇਹਦੀ ਇਹ ਸਾਰਾ ਇੱਕ ਪਲਾਟ ਜੇ ਇਹ ਸਾਰਾ ਇੱਕ ਪਲਾਟ ਜੇ ਠੀਕ ਹੈ ਜੀ ਤੇ ਹੁਣ ਤੁਹਾਨੂੰ ਅਸੀਂ ਮਾਲਕ ਕੋਲ ਲੈ ਕੇ ਜਾਂਦੇ ਆ ਜਿੰਨਾ ਲਿਆ ਹੈ ਜਿਹੜੇ ਵਪਾਰੀ ਨੇ ਜਿੰਨਾ ਲਿਆ ਉਹ ਸਾਨੂੰ ਦੱਸਣਗੇ ਬੀਓ ਨਾਕੀ ਸਾਹਿਬ ਲੈਣ असलाम वालेकुम जी वालेकुम सलाम जी भाई की हाल चाल है अल्लाह का शुक्र है जी तुम सुनाओ ठीक हो अल्हम्दुलिल्लाह अच्छा अपना नाम दसो हाँ मेरा नाम जी शौकत है शौकत दोड़ी तो चौक दोड़ी तो अच्छा शौकत साहब बोलो शौकत साहब ए कितने किले आलू ने ते भाई जान 2 एकड़ है 2 एकड़ है ते की हिसाब लाया जी ए भाई 3600 समूह ले ए, ए, च्छा, च्छा। ए, <laughs> अच्छा 3600 ਨੂੰ ਸਮੂਦ ਤੇ ਪਰਤੀ ਕਿੰਨੀ ਲੈਣੀ ਜੇ 122 ਕਿਲੋ ਵਜ਼ਨ 122 ਕਿਲੋ ਤੇ ਇਹ ਕਿੰਨੇ ਤੋੜੇ ਦਾ ਕਿੰਨਾ ਕੁ ਵਜ਼ਨ ਹੋ ਜਾਏਗਾ ਇਹ 552 ਕਿਲੋ ਜੀ ਹੋ ਜਾਏਗਾ 552 ਕਿਲੋ اچھا اچھا ਤੇ ਆਲੂ ਕਿਹੜਾ ਇਹ ਆਲੂ ਜੀ ਨਾ ਜ਼ੈਡ ਜ਼ੈਨਾ ਰੈੱਡ اچھا ਤੁਸੀਂ ਹੁਣ ਸੁਣ ਲੈ ਜੇ ਭਾਈ ਵਾਲੀ ਕਹਿ ਰਹੇ ਨੇ ਵੀ ਇਹ 2 ਕਿਲੋ ਆਲੂ ਲਿਆ ਆਸੀਂ ਤੇ 3600 ਨੂੰ ਸਮੂਦ ਲਿਆ ਜਿੰਦੇ 20 ਗੋਲੀ ਐਵੇਂ ਗੱਲ ਜੀ ਹਾਂ ਜੀ ਦੋ ਬੋਰੀਆਂ ਕਿੱਲੇ ਦੀ ਕਾਟ ਹੈ ਅੱਛਾ ਸਮੂਹ ਦੀ ਲਿਆ ਹੈ ਠੀਕ ਹੋ ਗਿਆ ਦੋ ਬੋਰੀਆਂ ਕਿੱਲੇ ਦੀ ਕਾਟ ਹੈ ਦਾ ਕੀ حساب-ਕਿਤਾਬ ਵਾ ਵੱਡਾ ਟੁਕਿਆ ਵਿੱਚ ਕੋਈ 20 ਛੜਲੀ ਆ ਰਹੀ ਹੈ ਅੱਛਾ ਵੱਡਾ ਟੁਕਿਆ ਵਿੱਚੇ ਵਰਨਾ ਜੀ ਠੀਕ ਹੋ ਗਿਆ ਤੇ ਦੋ ਦੋ ਬੋਰੀਆਂ ਕਾਟ ਹੋ ਜਾਏਗੀ ਯਾਨੀ ਕਿ ਤਿੰਨ ਮਨ 2 ਕਿਲੋ ਦੀ ਇੱਕ ਬੋਰੀ ਉਹ ਦੋ ਬੋਰੀਆਂ ਕਾਟ ਹੋ ਜਾਏਗਾ ਠੀਕ ਹੋ ਗਿਆ ਅੱਜ ਤਰੀਕ ਹੈਗੀ ਜੀ ਜੇ 18 1 2024 ਭਾਈ ਸ਼ੌਕਤ ਮਹਿਰ ਨੇ ਜੀ ਚੋਕ ਦੋੜੀ ਤੋਂ ਬੜੇ ਵੱਡੇ ਵਪਾਰੀ ਨੇ ਤੇ ਮੈਂ ਤੁਹਾਨੂੰ ਇਹ ਨੰਬਰ ਦੇ ਦੇਵਾਂਗਾ ਜਿਹੜਾ ਵੀਡੀਓ ਦੇ ਵਿੱਚ ਅਗਰ ਤੁਹਾਨੂੰ ਆਲੂ ਚਾਹੀਦੇ ਹੋਣ ਤਾਂ ਤੁਸੀਂ ਸਾਡੇ ਨਾਲ رابطہ ਕਰ ਸਕਦੇ ਜੀ ਇਹ ਭਾਈ ਨੇ ਮੇਰੇ ਤੇ ਬੜਾ ਅੱਛਾ ਮਾਲ ਇਹਨਾਂ ਖਰੀਦਿਆ 18 1 2024 ਇਹ ਆਲੂ ਇਹਨਾਂ ਖਰੀਦਿਆ ਸੀ ਕੋਈ 5 7 ਦਿਨ ਪਹਿਲੇ ਅੱਜ ਕੋ 100 100 ਅੱਧਾ ਥੱਲੇ ਹੈ ਗਈ ਮਾਰਕੀਟ ਐਵੇਂ ਗੱਲ ਹੈ ਜੀ ਅੱਜ ਦੀ 34 3500 ਰੁਪਏ ਠੀਕ ਹੈ ਤੇ ਇਹ ਇਹਨਾਂ ਜਿਹੜਾ ਨਾ ਹਫਤਾ ਕੋ ਪਹਿਲੇ ਨਾ ਖਰੀਦ ਕੀਤੀ ਸੀ ਤੇ ਉਹਨਾਂ ਆਖਿਆ ਵੀ ਅਸੀਂ ਗੱਲ ਤੋਂ ਫਿਰਨਾ ਨਹੀਂ ਹੈਗਾ ਤੇ ਉਹਨਾਂ ਤਾਂ 3600 ਰੁਪਏ ਮਸਲਾ ਸੀ ਥੋੜੀ ਜਿਹੀ ਗਿੱਲੀ ਸੀ ਅੱਛਾ 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 ਹਾਂਜੀ ਇਹ ਚੈੱਕ ਕਰੋ ਅੱਛਾ ਜ਼ਮੀਨ ਦਾ ਕਿਵੇਂ ਮਸਲਾ ਗਿੱਲੀ ਸੀ ਨਾ ਪਟਾਈ ਵੇ ਮਿੱਟੀ ਆਂਦੀ ਸੀ ਸਹੀ 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 ਤਾਂ ਫਿਰ ਪਟਾਈ ਨਹੀਂ ਕੀਤੀ ਜੀ ਆਲੂ ਦੀ ਚਮਕ ਨਹੀਂ ਪੂਰੀ ਸਹੀ ਗਿੱਲੀ ਵਜਾ ਤੋ ਥੋੜਾ ਦੇ ਥੋੜਾ ਰੁਕਣ ਜਾ ਤੇ ਚੈੱਕ ਕਰੋ ਆ ਜੀਨਾ ਰੈੱਡ ਜੇ ਜੀ ਆਲੂ ਇਹ ਵੇ ਉਮੀਦ ਕਰਨਾ ਤੁਹਾਨੂੰ ਇਹ ਵੀਡੀਓ ਪਸੰਦ ਹੋਈ ਆਈ ਹੋਏਗੀ ਤੇ ਅਗਰ ਪਸੰਦ ਆਈ ਹੈ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਕਰੋ